कि जदों शुरू शुरू विच ना गुरु साहिब की बख्शिश हुई ना, फर्स्ट टाइम जदों इदां गुरु साहिब ने सुरती लवाई ना, मैं अगे शेयर करता रहिंदा कथा च कि मैं असल च गुरु साहिब नूं सीधा ही कहता ताबिया बैठे बैठे ही, मैं कहा गुरु पातशाह भाई साहब सेवा ला गया उदों साडे नाल पहला ही समागम होया इह पिंड ते अमृत संचार होया ते भाई साहब मैनूं इदां आंदे वी इहनां नूं सिमरन करवाया करी, मैं कहा चलो ठीक है करवाया करूंगा मैं वेहला ही हाँ। ਤੇ ਮੈਂ 8 ਦਿਨ ਨਾ ਸੰਗਤ ਆਉਣ ਲੱਗ ਗਈ ਸਵੇਰੇ ਸ਼ਾਮ ਗੁਰਦੁਆਰੇ, ਤੇ ਮੈਂ ਅੱਗੇ ਮਾਈਕ ਤੇ ਅੱਗੇ ਅਰਦਾਸ ਕਰਾ ਕੇ ਸਿਮਰਨ ਕਰਵਾ ਦੇਣਾ, ਤੇ ਮੈਂ 8 ਦਿਨ ਕਰਵਾਇਆ ਤੇ 8ਵੇਂ ਦਿਨ ਹੀ ਮਤਲਬ ਹੋਰ ਤਰ੍ਹਾਂ ਹੋਣ ਲੱਗ ਗਿਆ ਕਿ ਜਿਵੇਂ ਵੀ ਮੈਂ ਕਿਹਾ ਯਾਰ ਲੱਗਦਾ ਸਾਰੀ ਉਮਰ ਹੀ ਕਰਨਾ ਪੈਣਾ, ਕਿਉਂਕਿ ਇੱਦਾਂ ਕਦੇ ਕੀਤਾ ਨਹੀਂ ਸੀ ਨਾ, ਕਦੇ ਨਾ ਸਿਮਰਨ ਕੀਤਾ ਸੀ, ਉਦੋਂ ਪਹਿਲਾਂ ਗ੍ਰੰਥੀਆਂ ਪੈਸੇ ਲੈਣੇ ਪਾਠ ਕਰ ਦੇਣਾ ਚਲੋ ਵੀ ਮੌਜਾਂ ਮੌਜਾਂ ਇੱਦਾਂ, ਤੇ ਫਿਰ ਮੈਂ ਕਿਹਾ ਵੀ ਇੱਥੇ ਕੋਈ ਲੈਣ ਦੇਣ ਵੀ ਨਹੀਂ ਆ ਤੇ ਪੱਕੀ ਸੇਵਾ ਮਤਲਬ ਸਾਰੀ ਉਮਰ ਤੇ ਔਖਾ ਜਿਹਾ ਲੱਗਣ ਲੱਗ ਪਿਆ 8-8 ਦਿਨਾਂ ਬਾਅਦ। ਤੇ ਮੈਂ ਗੁਰੂ ਸਾਹਿਬ ਨੂੰ ਇੱਦਾਂ ਹੀ ਅਰਦਾਸ ਕਰਤੀ ਤਾਬਿਆ ਬੈਠੇ, ਮੈਂ ਕਿਹਾ ਗੁਰੂ ਸਾਹਿਬ ਜੀ ਮੈਨੂੰ ਸੱਚੀ ਔਖਾ ਜਿਹਾ ਲੱਗਣ ਡਿਆ ਅੰਦਰੋਂ, ਜੇ ਤੇ ਕੋਈ ਖੇਡ ਹੈਗੀ ਆ ਕੋਈ ਇੱਦਾਂ ਸੁਰਤੀ ਲੱਗ ਜਾਂਦੀ ਆ, ਜਿੱਦਾਂ ਇੰਨਾ ਇੰਨੀਆਂ ਗੱਲਾਂ ਸੁਣਾਈਆਂ ਭਾਈ ਸਾਹਿਬ ਹੁਣਾਂ ਸੰਗਤ ਚੋਂ ਸਾਰੇ ਸਿੰਘਾਂ ਨੇ ਵੀ ਇੰਨੀਆਂ ਗੱਲਾਂ ਕਰਦੇ, ਸਾਰੇ ਸਿੰਘ ਦਰਸ਼ਨ ਹੋ ਜਾਂਦੇ ਇੱਦਾਂ ਚਲ ਜਾਈਦਾ, ਇੱਦਾਂ ਵੀ ਤੁਸੀਂ ਕੁਝ ਦਿਖਾ ਦਿਓ ਕੁਛ ਨਾ ਕੁਛ ਤੇ ਦਿਖਾਓ, ਜੇ ਮੈਂ ਕਿਹਾ ਜੀ ਦਿਖਾਓਗੇ ਫਿਰ ਮੈਂ ਵੀ ਪ੍ਰੋਮਿਸ ਕਰਦਾ ਕਿ ਸਾਰੀ ਉਮਰ ਸੇਵਾ ਕਰੂੰਗਾ ਤੁਹਾਡੀ, ਫਿਰ ਨੀ ਮੈਂ ਕਿਹਾ ਮੈਂ ਥੱਕਦਾ ਭਾਵੇਂ ਜੋ ਮਰਜ਼ੀ ਹੋ ਜਾਏ ਇੱਕ ਵਾਰੀ ਮੈਨੂੰ ਦਿਖਾ ਦਿਓ। ਉਹ ਹਲੇ ਵਾਗਿਰੂ ਅਰਦਾਸ ਹੀ ਕਰ ਰਿਹਾ, ਮੈਂ ਅਰਦਾਸ ਕਰਦੇ ਕਰਦੇ ਸੁਰਤੀ ਲੱਗ ਗਈ ਨਾਲ ਹੀ, ਤੇ ਮੈਂ ਨਾ ਇੱਦਾਂ ਅੰਦਰੋਂ ਵਾਹਿਗੁਰੂ ਸੁਣਨਾ ਸ਼ੁਰੂ ਹੋ ਗਿਆ ਇੱਕ ਰਸ, ਜਿਵੇਂ ਕਰੋੜਾਂ ਸੰਗਤ ਵਾਹਿਗੁਰੂ ਕਰ ਰਹੀ ਹੁੰਦੀ ਹੈ, ਸਾਰੇ ਬ੍ਰਹਿਮੰਡ 'ਚ ਆਵਾਜ਼ ਹੀ ਆਈ ਜਾਵੇ ਵਾਹਿਗੁਰੂ ਦੀ ਆਵਾਜ਼ ਆਈ ਜਾਵੇ, ਤੇ ਪ੍ਰਕਾਸ਼ ਹੀ ਪ੍ਰਕਾਸ਼ ਜਿੱਧਰ ਨੂੰ ਮੈਂ ਦੇਖਾਂ ਪ੍ਰਕਾਸ਼ ਹੀ ਪ੍ਰਕਾਸ਼ ਵਿੱਚ ਵਾਹਿਗੁਰੂ, ਜਿਵੇਂ ਵਾਹਿਗੁਰੂ ਲਿਖੇ ਹੁੰਦੇ ਨਾ ਅੱਖਰ ਲਿਖੇ ਹੁੰਦੇ ਇੱਦਾਂ ਸਾਰੇ ਪਾਸੇ, ਤੇ ਜਿਵੇਂ ਆਪਾਂ ਦੇਖੀਏ ਨਾ ਮੀਂਹ ਬੜੇ ਜ਼ੋਰ ਦੀ ਮੀਂਹ ਪੈ ਰਿਹਾ ਹੋਵੇ ਤੇ ਕਿੰਨੀਆਂ ਕਣੀਆਂ ਡਿੱਗਦੀਆਂ ਹੁੰਦੀਆਂ, ਮਤਲਬ ਆਪਾਂ ਦੇਖਦੇ ਹਾਂ ਮਤਲਬ ਕਰੋੜਾਂ ਦੀ ਗਿਣਤੀ ਅਰਬਾਂ ਦੀ ਗਿਣਤੀ ਵਿੱਚ, ਏਦਾਂ ਮਤਲਬ ਵਾਹਿਗੁਰੂ ਏਦਾਂ ਦਿਸੇ ਵੀ ਜਦੋਂ ਆਪਾਂ ਉੱਦਾਂ ਤੇ ਕਹਿ ਦਿੰਦੇ ਹਾਂ ਕਿ ਰੋਮ ਰੋਮ 'ਚ ਕਣ ਕਣ 'ਚ ਰਮਿਆ ਆ ਮਤਲਬ, ਪਰ ਉਹ ਕਣ ਕਣ ਵਿੱਚ ਵਾਹਿਗੁਰੂ ਮਤਲਬ ਦਿਸੇ, ਮਤਲਬ ਉਹਦੀ ਮੌਜੂਦਗੀ ਜਿਹੜੀ ਨਾ ਬਿਲਕੁਲ ਸਾਫ਼ ਦਿਸੇ। ਕੀ ਹੋਇਆ ਅਗਲੇ ਦਿਨ ਮੈਂ ਗਿਆ ਮਤਲਬ ਪੱਠੇ ਲੈਣ ਜਾਣ ਡਿਆ, ਮੈਂ ਰੇੜਾ ਰੇੜੇ 'ਤੇ ਜਾਣ ਡਿਆ, ਮੈਂ ਇੱਦਾਂ ਬੈਠਾ ਸਿਮਰਨ ਚੱਲੀ ਜਾਏ, ਦੋ ਤਿੰਨ ਦਿਨ ਸਿਮਰਨ ਨਾ ਇੰਨਾ ਚੱਲਿਆ ਨਾ ਕਿ ਮੈਨੂੰ ਇੱਦਾਂ ਲੱਗਿਆ ਸਾਰੇ, ਮੈਂ ਜਿੱਧਰ ਨੂੰ ਦੇਖਾਂ ਮੈਨੂੰ ਇੱਦਾਂ ਲੱਗਿਆ ਜਿਵੇਂ ਆਪਾਂ ਬਾਰਿਸ਼ ਨਹੀਂ ਦੇਖਦੇ ਪੈਣ ਡੇ, ਮੀਂਹ ਪੈਣ ਡਿਆ, ਇੱਦਾਂ ਮੈਨੂੰ ਦੱਸਿਆ ਵਾਹਿਗੁਰੂ ਹੀ ਵਾਹਿਗੁਰੂ ਸਾਰੇ ਪਾਸੇ। ਅਤੇ ਮੈਂ ਦੁਪਹਿਰ ਦਾ ਟਾਈਮ ਅਤੇ ਮਤਲਬ ਨਾ ਵੈਸੇ ਨਾ ਮੇਰਾ ਸੁਭਾਅ ਹੁੰਦਾ ਕਿ ਜਿਵੇਂ ਕੰਮ ਕਾਰ ਕਰਨਾ ਅਤੇ 5 ਵਜੇ ਜਾਣਾ ਮੋਟਰ 'ਤੇ, ਤੇ 8-9 ਵਜੇ ਤੱਕ ਜਿਹੜਾ ਕਰਨਾ ਜੋ ਵੀ ਕਰਨਾ ਕਰਕੇ ਤੇ 9 ਵਜੇ ਘਰੇ ਆ ਜਾਣਾ, ਧੁੱਪ ਤੋਂ ਥੋੜ੍ਹਾ ਚਾਲੂ ਹਾਂ ਮੈਂ ਘੱਟੇ ਤੋਂ ਧੁੱਪ ਤੋਂ, ਤੇ ਉਸ ਹਿਸਾਬ ਨਾਲ ਪਹਿਲਾਂ ਹੀ ਆਪਣੀ ਸੈਟਿੰਗ ਜੀ ਕਰਕੇ ਕਰਨਾ ਵੀ ਪੈਂਦਾ ਤੇ ਕਰ ਲੈਣਾ ਪਹਿਲਾਂ ਪਹਿਲਾਂ। ਉਦੋਂ ਵੀ ਮੈਂ ਦੁਪਹਿਰੇ ਗਿਆ ਮਤਲਬ 12-1 ਵਜੇ ਪੱਠਿਆਂ ਨੂੰ ਗਿਆ, ਪੂਰੇ ਰੰਗ 'ਚ ਮੈਨੂੰ ਕੋਈ ਧੁੱਪ ਹੀ ਨਾ ਲੱਗੇ ਰੇੜੇ 'ਤੇ, ਜਿੱਦਾਂ ਏ ਸੀ 'ਚ ਬੈਠਾ ਨਾ ਇੰਨੀ ਠੰਡ ਅੰਦਰ ਪਈ, ਤੇ ਲਾਗੇ ਨਾ ਉਹ ਮਤਲਬ ਇੱਦਾਂ ਕਣਕ ਉਤਰਨ ਡਿਆ ਇਹ ਮਤਲਬ, ਤੇ ਉਹ ਹੜੰਬਾ ਜਿਹਾ ਲੱਗਾ ਉਹਦੀ ਸਾਰੀ ਕੰਡ ਮੇਰੇ ਉੱਤੋਂ ਦੀ, ਇੱਧਰ ਨੂੰ ਹਵਾ ਵੀ ਇੱਧਰ ਨੂੰ, ਤੇ ਕੋਈ ਨਹੀਂ ਮੈਂ ਕਿਹਾ ਕਿ ਵਾਹਿਗੁਰੂ ਹਵਾ ਇੱਧਰ ਨੂੰ ਕਿਉਂ ਆ ਤੇ ਧੁੱਪ ਇੰਨੀ ਕਿਉਂ ਆ, ਇੰਨੇ ਰੰਗ 'ਚ ਨਾ ਮਤਲਬ ਅੰਦਰ ਸਿਮਰਨ ਚੱਲੀ ਜਾਵੇ, ਅੰਦਰੋਂ ਮੈਂ ਇੰਨਾ ਜੁੜਿਆ, ਮੈਨੂੰ ਇੰਨਾ ਆਨੰਦ ਆ ਰਿਹਾ ਨਾ ਉਸ ਟਾਈਮ 'ਤੇ, ਉਹ ਆਨੰਦ ਹੁਣ ਕਦੇ ਕਦੇ ਕਥਾ 'ਚ ਜਾਂ ਇੱਦਾਂ ਸੇਵਾ 'ਚ ਗੁਰੂ ਸਾਹਿਬ ਦੀ 'ਚ ਹਲੇ ਵੀ ਉਹ ਆਉਂਦਾ ਆ, ਪਰ ਸੇਵਾ 'ਚ ਆਉਂਦਾ ਹਲੇ ਵੀ ਉਹ ਉੱਦਾਂ ਹੀ ਆ ਰਿਹਾ, ਕਿਉਂਕਿ ਉਹ ਵੀ ਤਾਂ ਸੇਵਾ ਹੀ ਸਿਮਰਨ ਚੱਲਣ ਡਿਆ ਹੁੰਦਾ, ਸੁਰਤੀ ਸਿਮਰਨ ਅਸਲੀ ਸੇਵਾ ਹੀ ਉਹ ਆ। ਤੇ ਉਹ ਜਦੋਂ ਮੈਂ ਉਹ ਚੀਜ਼ ਨੂੰ ਪ੍ਰੈਕਟੀਕਲੀ ਦੇਖਿਆ ਸੀ ਨਾ, ਫਿਰ ਮੈਨੂੰ ਪਤਾ ਲੱਗਾ ਸੀ ਕਿ ਜੇ ਬੰਦਾ ਇੰਨਾ ਜੋੜ ਲੈਣ ਨਾ ਗੁਰੂ ਸਾਹਿਬ, ਮਤਲਬ ਕਿ ਆਪਾਂ ਆਪਣੀ ਸੁਰਤੀ ਬਹੁਤ ਜ਼ਿਆਦਾ ਹੋ ਜਾਏ, ਇੰਨੀ ਸੁਰਤੀ ਹੋ ਜਾਏ ਕਿ ਅੱਖਾਂ ਖੁੱਲੀਆਂ ਤੋਂ ਵੀ ਆਪਾਂ ਨੂੰ ਪ੍ਰਕਾਸ਼ ਹੋ ਰਿਹਾ ਹੋਵੇ, ਜੇ ਆਪਣੀ ਇੰਨੀ ਸੁਰਤੀ ਹੋ ਜਾਏ ਨਾ, ਫਿਰ ਆਪਾਂ ਕੰਪਲੀਟ ਭਾਣੇ ਜਾ ਸਕਦੇ, ਫਿਰ ਜੋ ਵੀ ਹੋਊਗਾ ਨਾ, ਜਿਵੇਂ ਧੁੱਪ ਲੱਗੀ ਸੀ ਧੁੱਪ ਵੱਲ ਧਿਆਨ ਹੀ ਨਹੀਂ, ਧਿਆਨ ਦੇ ਵਾਹਿਗੁਰੂ ਵੱਲ, ਕੰਡ ਵੱਲ ਧਿਆਨ ਹੀ ਨਹੀਂ, ਧਿਆਨ ਹੀ ਵਾਹਿਗੁਰੂ ਵੱਲ, ਮਾੜੀ ਮੋਟੀ ਸਰੀਰ ਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਸਰੀਰ ਕਿੱਥੇ ਆ, ਸਰੀਰ ਵੱਲ ਤੇ ਖਿਆਲ ਹੀ ਨਹੀਂ ਜਾਂਦਾ ਬਿਲਕੁਲ, ਖਿਆਲ ਹੀ ਵਾਹਿਗੁਰੂ ਵੱਲ। ਉਹ ਚੀਜ਼ ਕਿਉਂਕਿ ਉਹ ਪ੍ਰੈਕਟੀਕਲ ਦਿਖਾਈ ਗੁਰੂ ਸਾਹਿਬ ਨੇ, 3-4 ਦਿਨ ਉਹ ਇੱਦਾਂ ਗੇਮ ਬਣੀ ਰਹੀ ਤੇ ਇੰਨਾ ਨਜ਼ਾਰਾ ਰਿਹਾ, ਕੋਈ ਪਤਾ ਨਹੀਂ ਰੋਟੀ ਕਦੋਂ ਖਾਣੀ ਆ, ਮਿਲ ਗਈ ਖਾ ਲਈ, ਨਹੀਂ ਤੇ ਕੋਈ ਪਰਵਾਹ ਹੀ ਨਹੀਂ। ਉਹ ਘਰਦਿਆਂ ਨੇ ਵੇਖਿਆ, ਘਰਦੇ ਘੁੰਮ ਗਏ ਉਦੋਂ ਹੀ, ਅਸਲ 'ਚ ਆਉਂਦੇ ਇਹਨੂੰ ਕੀ ਹੋ ਗਿਆ, ਕਿਤੇ ਪਾਗਲ ਨਾ ਹੋ ਜਾਏ ਮਤਲਬ। ਉਹ ਉਦੋਂ ਤੋਂ ਹੀ ਫਿਰ ਉਹ ਨਾਲ ਨਾਲ ਮਾਇਆ ਦਾ ਗੇੜ ਜਿਹੜਾ ਸ਼ੁਰੂ ਹੋ ਜਾਂਦਾ, ਤੇ ਉਹ ਉਹਨਾਂ ਨੇ ਫਿਰ ਥੋੜ੍ਹਾ ਜਿਹਾ ਉਹਨਾਂ ਨੂੰ ਇਹ ਵੀ ਇਹਨੂੰ ਥੋੜ੍ਹਾ ਜਿਹਾ ਪਿੱਛੇ ਖਿੱਚੀ, ਅਸੀਂ ਕਦੇ ਸਾਡੇ ਜਾਂਦਾ ਹੀ ਨਾ ਰਹੇ ਕੰਮ ਤੋਂ ਮਤਲਬ, ਜਿਵੇਂ ਉਹ ਤਰੀਕੇ ਨਾਲ ਸਾਰਾ ਸਾਰੀ ਗੇਮ ਹੀ ਜਿਹੜੀ ਚੱਲਣੀ ਸ਼ੁਰੂ ਹੋ ਗਈ ਨਾਲ ਨਾਲ। ਪਰ ਮੈਂ ਉਹ ਭਾਣੇ ਵਾਲੀ ਚੀਜ਼ ਨੂੰ ਤਾਂ ਮੈਂ ਸਮਝ ਗਿਆ ਕਿ ਕਿਉਂਕਿ ਮੈਂ ਕਦੇ ਜਿਹਨੂੰ ਆਪਾਂ ਕਹਿ ਲਏ ਨਾ ਕਿ ਮੈਂ ਧੁੱਪ ਤੋਂ ਇੰਨਾ ਜ਼ਿਆਦਾ ਚੱਲੂ ਹਨਾ ਆਪਾਂ, ਵੀ 9 ਵਜੇ ਘਰੇ ਪਹੁੰਚ ਜਾਣਾ ਸਾਰਾ ਕੰਮ ਕਾਜ ਨਿਪਟਾ ਕੇ ਗਰਮੀਆਂ ਵਿੱਚ,
ਇਸ ਕਰਕੇ ਉਦਨ ਕੋਈ ਪਤਾ ਹੀ ਨਹੀਂ ਲੱਗਾ ਕਿ ਧੁੱਪ ਕੀ ਹੁੰਦੀ ਹੈ। ਨਹੀਂ ਤੇ ਆਪਾਂ ਉਹੀ ਗੱਲ ਜਦੋਂ ਧੁੱਪ ਲੱਗਦੀ ਜਾਂ ਆਪਣੀਆਂ ਉਲਟ ਹੁੰਦੀਆਂ ਸਾਰੀਆਂ ਪਰਿਸਥਿਤੀਆਂ, ਉਦੋਂ ਹੀ ਬੰਦਾ ਰੱਬ ਦੇ ਉਲਟ ਬੋਲਦਾ ਹੈ। ਉਦੋਂ ਜਾਂ ਨਹੀਂ ਬੋਲੂਗਾ ਤੇ ਉਹਨੂੰ ਚੰਗਾ ਨਹੀਂ ਲੱਗੂਗਾ ਭਾਣਾ, ਬੇਸ਼ੱਕ ਉਹ ਬੋਲੇ ਨਾ, ਗੁਰਸਾਹਿਬ ਨੇ ਸਮਝਾ ਦਿੱਤਾ ਵੀ ਕਮੈਂਟ ਨਹੀਂ ਕਰ, ਪਰ ਅੰਦਰੋਂ ਖੁਸ਼ ਨਹੀਂ ਹੋਊਗਾ ਭਾਣੇ ਦੇ ਵਿੱਚ। ਤੇ ਜੇ ਗੁਰੂ ਸਾਹਿਬ ਕਿਰਪਾ ਕਰਕੇ ਅੰਦਰੋਂ ਆਪਣੇ ਨਾਲ ਹੀ ਜੋੜ ਲੈਣ, ਪੂਰਾ ਜਿਵੇਂ ਪ੍ਰਕਾਸ਼ ਹੋ ਰਿਹਾ ਹੋਏ, ਅੰਦਰ ਵਾਹਿਗੁਰੂ ਚੱਲ ਰਿਹਾ ਹੋਏ, ਫਿਰ ਉਹ ਭਾਣੇ ਵਿੱਚ ਖੁਸ਼ ਹੋਊਗਾ। ਫਿਰ ਉਹਨੂੰ ਕਿਉਂਕਿ ਵਾਹਿਗੁਰੂ ਦੀ ਜਿਹੜੀ ਮੌਜੂਦਗੀ ਆ, ਮਤਲਬ ਸਾਰੀ ਉਹਨੂੰ ਦਿਸ ਰਹੀ ਹੁੰਦੀ ਉਸ ਟਾਈਮ, ਕਿਉਂਕਿ ਧੁੱਪ ਵਿੱਚ ਵੀ ਇੱਦਾਂ ਲੱਗੇ ਜਿਵੇਂ ਵਾਹਿਗੁਰੂ ਵਰਸਣ ਡਿਆ, ਕੰਡ ਵਿੱਚ ਵੀ ਇੱਦਾਂ ਲੱਗੇ ਵਾਹਿਗੁਰੂ ਹੈ, ਜਿਵੇਂ ਸਭ ਕੁਛ ਵਾਹਿਗੁਰੂ ਹੀ ਵਾਹਿਗੁਰੂ, ਮਤਲਬ ਵਾਹਿਗੁਰੂ ਸਵਾਈ ਕੋਈ ਦਿਖਦਾ ਹੀ ਨਹੀਂ ਜਦੋਂ। ਤੇ ਇੰਨਾ ਜਦੋਂ ਇੱਦਾਂ ਦਾ ਹੋ ਜਾਂਦਾ ਤੇ ਫਿਰ ਉਹ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਫਿਰ ਕਿ ਇੱਦਾਂ ਲੱਗਦਾ ਜਿਵੇਂ ਹਵਾ ਦਾ ਬੁੱਲਾ, ਇੱਦਾਂ ਲੱਗਦਾ ਜਿਵੇਂ ਉਹ ਵਾਹਿਗੁਰੂ ਨੇ ਜਿਵੇਂ ਪੱਖੀ ਝੱਲੀ ਹੈ, ਜਿਵੇਂ ਇੱਦਾਂ ਦਾ ਸਾਰਾ ਕੁਛ ਜਦੋਂ ਲੱਗਦਾ ਫਿਰ ਤੇ ਗੇਮ ਸਾਰੀ ਹੋਰ ਹੋ ਜਾਂਦੀ ਹੈ ਵਾਹਿਗੁਰੂ। ਸੋ ਇਹ ਹੁਣ ਇਹ ਗੁਰੂ ਸਾਹਿਬ ਤੋਂ ਸਵਾਈ ਕੋਈ ਕਰ ਨਹੀਂ ਸਕਦਾ। ਚਲੋ ਆਪਾਂ ਗੁਰੂ ਸਾਹਿਬ ਨੂੰ, ਮੈਂ ਉਦੋਂ ਟਾਈਮ ਕਹਿ ਲਓ ਗੁਰੂ ਸਾਹਿਬ ਨੇ ਆਪ ਹੀ ਕਰਵਾਈ ਅਰਦਾਸ, ਖੇਡ ਤੇ ਉਹਦੀ ਆਪਣੀ ਜਿਵੇਂ ਸ਼ਬਦ ਵਿੱਚ ਸਾਰੀ ਆ ਗਿਆ ਕਿ ਬੰਦਾ ਕੌਣ ਆ, ਕੁਝ ਨਹੀਂ ਹੈਗਾ ਸਾਡੇ ਹੱਥ ਚ, ਸਾਡੀ ਆਪਣਾ ਗੱਡੀ ਦਾ ਜਿਹੜਾ ਸਟੇਅਰਿੰਗ ਆ ਸਾਡੇ ਹੱਥ ਚ ਨਹੀਂ ਹੈਗਾ, ਵਾਹਿਗੁਰੂ ਦੇ ਹੱਥ ਚ। ਆਪ ਹੀ ਗੁਰੂ ਸਾਹਿਬ ਨੇ ਅਰਦਾਸ ਕਰਾ ਲਈ, ਆਪ ਹੀ ਇੱਦਾਂ ਕਰ ਲਿਆ। ਪਰ ਉਹ ਚੀਜ਼ ਮੁੜ ਕੇ ਦੇਖੋ, ਉਦੋਂ ਹਾਲੇ ਪਤਾ ਨਹੀਂ ਹਾਂ, ਨਵੇਂ ਨਵੇਂ ਹਾਲੇ ਉਦੋਂ ਭਾਈ ਸਾਹਿਬ ਨਾਲ ਵੀ ਮੇਰੀ ਗੱਲ ਨਹੀਂ ਹੁੰਦੀ ਹੁੰਦੀ, ਇੰਟਰੈਕਟ ਹੁੰਦੀ ਹੁੰਦੀ। ਪਹਿਲਾਂ ਮੈਂ ਸੋਨੂੰ ਨੂੰ ਫੋਨ ਕਰਨਾ, ਸੋਨੂੰ ਨੇ ਕਹਾਂ ਭਾਈ ਸਾਹਿਬ ਨੂੰ ਪੁੱਛ ਕੇ ਮੈਨੂੰ ਦੱਸਣਾ, ਤੇ ਮੈਂ ਥੋੜਾ ਸੁਭਾਅ ਹੋਰ ਤਰ੍ਹਾਂ ਦਾ ਹੁੰਦਾ ਸੰਗਣ ਵਾਲਾ, ਮੈਂ ਸੰਗਤੇ ਰਹਿਣਾ ਕਿ ਕੀ ਗੱਲ ਕਰਨੀ ਆ, ਤੇ ਮੈਂ ਇਹਨੂੰ ਕਹਿ ਦੇਣਾ ਵੀ ਤੂੰ ਦੱਸ ਦੇ, ਇਹਨੇ ਭਾਈ ਸਾਨੂੰ ਪੁੱਛ ਕੇ ਦੱਸਣਾ ਇੱਦਾਂ ਇੱਦਾਂ ਆ। ਤੇ ਸ਼ਾਇਦ ਉਦੋਂ ਡਾਇਰੈਕਟ ਗੱਲ ਕੀਤੀ ਹੁੰਦੀ ਤੇ ਉਹ ਤਾਂ ਸ਼ਾਇਦ ਬਹੁਤ ਫਾਇਦਾ ਹੋ ਜਾਣਾ ਜ਼ਿਆਦਾ। ਪਰ ਫਿਰ ਵੀ ਚਲੋ ਗੁਰੂ ਸਾਹਿਬ ਨੇ ਜਿਵੇਂ ਕਰਨਾ ਜੋ ਕੀਤਾ ਪਰਫੈਕਟ ਕੀਤਾ ਆ, ਬਹੁਤ ਵਧੀਆ ਰਿਹਾ। ਪਰ ਫਿਰ ਉਦੋਂ ਨਾ ਅੱਠ ਕੁ ਦਿਨਾਂ ਬਾਅਦ ਫਿਰ ਉਹ ਰੰਗ ਨਹੀਂ ਰਿਹਾ ਜਿਹੜਾ ਸਟਾਰਟਿੰਗ ਵਾਲਾ ਸੀ। ਦਿਖਾਇਆ ਤੇ ਗੁਰੂ ਸਾਹਿਬ ਨੇ ਬੜਾ ਕੁਛ, ਸਿਮਰਨ ਗੁਰੂ ਸਾਹਿਬ ਨੇ ਬਹੁਤ ਕਰਵਾਇਆ। ਪਤਾ ਨਹੀਂ ਵਾਹਿਗੁਰੂ ਹੀ ਜਾਣਾ, ਮੈਂ ਹੁਣ ਵੀ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਜ਼ੋਰ ਲਾ ਰਿਹਾ ਬੱਚਿਆਂ ਦੀ ਕਲਾਸ ਵਿੱਚ ਕਿ ਬਹੁਤ ਜ਼ਿਆਦਾ ਸਿਮਰਨ ਕਰੋ, ਕਿਉਂਕਿ ਇਹ ਜਿਹੜਾ ਟਾਈਮ ਇਹਨਾਂ ਦੇ ਸਟਾਰਟਿੰਗ ਦਾ ਟਾਈਮ ਹੈ, ਇਹ ਸਟਾਰਟ ਲੈ ਰਹੇ ਆ, ਔਰ ਸਟਾਰਟ ਜ਼ਬਰਦਸਤ ਹੋਣਾ ਚਾਹੀਦਾ ਆ, ਖਾਸ ਕਰਕੇ ਸਿਮਰਨ ਤੇ ਸੁਰਤੀ ਤੇ ਇੱਦਾਂ ਦਾ ਸਟਾਰਟ ਹੋਣਾ ਚਾਹੀਦਾ ਨਾ। ਐਕਸਪੀਰੀਅੰਸ ਹੀ ਇੰਨੇ ਗੁਰੂ ਸਾਹਿਬ ਕਰਾ ਦੇਣ, ਰੋਜ਼ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਦਿਖਾ ਦੇ। ਮੁੜ ਕੇ ਕੱਲ ਨੂੰ ਆਪਾਂ ਦੇਖਦੇ ਹਾਂ ਜਿਵੇਂ ਵਿਦਵਾਨ ਜਾਂ ਕੱਲ ਨੂੰ ਕੋਈ ਹੋਰ ਕਿ ਵਿਦਵਾਨਾਂ ਪਿੱਛੇ ਲਾ ਕੇ ਇਹਨਾਂ ਦੀ ਬੋਲੀ ਨਹੀਂ ਚੇਂਜ ਹੋਊਗੀ, ਕਿਉਂਕਿ ਇਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਹੋਣਾ ਸਾਰਾ ਨਜ਼ਾਰਾ। ਹੁਣ ਭਾਵੇਂ ਸਾਰੀ ਦੁਨੀਆਂ ਕਹਿਣ ਲੱਗ ਜਾਏ ਕਿ ਨਹੀਂ ਜੀ ਰੱਬ ਕੁਦਰਤੀ ਰੱਬ ਆ, ਮੈਂ ਦੇਖਿਆ ਕੁਦਰਤ ਦੇ ਵਿੱਚ ਵੀ ਰੱਬ ਦੇਖਿਆ ਤੇ ਬਾਹਰ ਵੀ ਰੱਬ ਦੇਖਿਆ, ਹੁਣ ਮੈਂ ਕਿੱਦਾਂ ਮੰਨ ਜੂੰਗਾ ਕਿ ਕੁਦਰਤ ਵਿੱਚ ਕੁਦਰਤੀ ਰੱਬ ਆ, ਉਹਦੇ ਨਿਰਗੁਣ ਤੇ ਸਰਗੁਣ ਸਰੂਪ ਦੋਵੇਂ ਗੁਰੂ ਸਾਹਿਬ ਨੇ ਦਿਖਾਏ ਆ, ਮੈਂ ਕਿੱਦਾਂ ਮੰਨ ਜੂੰਗਾ ਮੈਂ ਸਾਰੇ ਕਹੀ ਜਾਣ। ਫਿਰ ਪਿੱਛੇ ਆਪਣੇ ਗੁਰੂ ਸਾਹਿਬ ਖੜੇ ਆ, ਬਾਣੀ ਵਿੱਚ ਲਿਖਿਆ ਪਿਆ ਸਰਗੁਣ ਨਿਰਗੁਣ ਨਿਰੰਕਾਰ, ਤੇ ਆਪਾਂ ਗੁਰੂ ਸਾਹਿਬ ਵੱਲ ਜਾਣਾ ਕਿ ਆਪਾਂ ਲੋਕਾਂ ਨੂੰ ਕੀ ਕਹਿਣਾ।